ਸਤਿ ਸ਼੍ਰੀ ਅਕਾਲ ਜੀ, ਮੈਂ ਮਨਿੰਦਰ ਸਿੰਘ ਖਾਲਸਾ ਅਤੇ ਅੱਜ ਸ਼ੁਰੂਆਤ ਹੋ ਚੁੱਕੀ ਹੈ ਮਿਊਂਸੀਪਲ ਕਾਰਪੋਰੇਸ਼ਨ ਇਲੈਕਸ਼ਨ ਦੀ ਚੋਣਾਂ ਦੀ। ਸੋ ਸਵੇਰ ਦੇ ਤਕਰੀਬਨ 7 ਵਜ ਚੁੱਕੇ ਨੇ ਔਰ ਬੂਥਿੰਗ ਦੀ ਤਿਆਰੀ ਚੱਲ ਰਹੀ ਹੈ, ਵੋਟਿੰਗ ਦੀ ਤਿਆਰੀ ਚੱਲ ਰਹੀ ਹੈ ਔਰ ਜਲਦ ਹੀ ਈਵੀਐਮ ਮਸ਼ੀਨਾਂ ਔਨ ਹੋਣ ਜਾ ਰਹੀਆਂ ਨੇ। ਅਸੀਂ ਪਹੁੰਚ ਚੁੱਕੇ ਹਾਂ ਵਾਰਡ ਨੰਬਰ 14 ਅਤੇ ਵਾਰਡ ਨੰਬਰ 28 ਦੇ ਬੂਥ ਨੰਬਰ 98 'ਤੇ। ਜਿਵੇਂ ਕਿ ਤੁਸੀਂ ਵੇਖ ਰਹੇ ਹੋ, ਵੋਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਚਲੋ ਜੀ, ਵੋਟਿੰਗ ਸ਼ੁਰੂ ਕਰ ਦਿੱਤੀ ਗਈ ਹੈ ਔਰ ਪਬਲਿਕ ਦੇ ਵਿੱਚ ਬਹੁਤ ਉਤਸ਼ਾਹ ਹੈ ਵੋਟਿੰਗ ਨੂੰ ਲੈ ਕੇ। ਮਿਊਂਸੀਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਦੀ ਵੋਟਿੰਗ ਸ਼ੁਰੂ ਕੀਤੀ ਜਾ ਰਹੀ ਹੈ ਔਰ ਪਬਲਿਕ ਦੇ ਵਿੱਚ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਵੋਟਾਂ ਨੂੰ ਲੈ ਕੇ। ਸੋ ਇਸੇ ਹੀ ਤਰ੍ਹਾਂ ਤੁਹਾਨੂੰ ਪੂਰਾ ਦਿਨ ਜੋ ਵੋਟਿੰਗ ਦੀ ਕਵਰੇਜ ਜਿਹੜੀ ਆ ਦਿਖਾਉਂਦੇ ਰਹਾਂ। ਪਿਛਲੇ ਕੁਛ ਦਿਨਾਂ ਤੋਂ ਮਿਊਂਸੀਪਲ ਕਾਰਪੋਰੇਸ਼ਨ ਇਲੈਕਸ਼ਨ ਦਾ ਜੋ ਬਟਾਲੇ ਦੇ ਅੰਦਰ ਪੂਰਾ ਸ਼ੋਰ ਸੀ ਔਰ ਅੱਜ ਇਲੈਕਸ਼ਨ ਹੋਣ ਜਾ ਰਹੀ ਹੈ ਔਰ ਅੱਜ ਧੁੰਦ ਦਾ ਵੀ ਜੋ ਪੂਰਾ ਜ਼ੋਰ ਹੈ ਅੱਜ ਦੇ ਦਿਨ ਤੁਸੀਂ ਦੇਖ ਰਹੇ ਹੋ ਔਰ ਕੁਛ ਜੋ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ, ਪੂਰੀਆਂ ਤਿਆਰੀਆਂ ਜੋ ਇਲੈਕਸ਼ਨ ਨੂੰ ਲੈ ਕੇ ਕੀਤੀਆਂ ਹੋਈਆਂ ਨੇ, ਵੋਟਰ ਜੋ ਹੈ ਪੂਰਾ ਭਾਰੀ ਉਤਸ਼ਾਹ ਵੋਟਰਾਂ ਦੇ ਅੰਦਰ ਅੱਜ ਵੋਟਿੰਗ ਨੂੰ ਲੈ ਕੇ ਆ ਔਰ ਜਿੰਨੇ ਵੀ ਕੈਂਡੀਡੇਟ ਆ, ਅੱਜ ਉਹਨਾਂ ਦੀ ਕਿਸਮਤ ਦਾ ਫੈਸਲਾ ਅੱਜ ਕੀਤਾ ਜਾਏਗਾ ਔਰ ਈਵੀਐਮ ਮਸ਼ੀਨ ਦੇ ਅੰਦਰ ਉਹਨਾਂ ਦੀ ਕਿਸਮਤ ਬੰਦ ਕੀਤੀ ਜਾਏਗੀ। ਇਹ ਲੋਕਾਂ ਦੀਆਂ ਲਾਈਨਾਂ ਲੱਗੀਆਂ ਸ਼ੁਰੂ ਹੋ ਗਈਆਂ ਨੇ ਔਰ ਭਾਰੀ ਉਤਸ਼ਾਹ ਲੋਕਾਂ ਵਿੱਚ। ਹਾਂਜੀ ਭਾਅ ਜੀ, ਕੀ ਵਿਚਾਰ ਹੈ ਤੁਹਾਡਾ? ਵਿਚਾਰ ਵਧੀਆ ਜੀ। ਮੇਅਰ ਬਣਾਉਣ ਜਾ ਰਹੇ ਹਾਂ ਜੀ ਕਾਰਪੋਰੇਸ਼ਨ ਇਲੈਕਸ਼ਨ 'ਚ। ਹਾਂਜੀ ਭਾਅ ਜੀ, ਕਿੰਨਾ ਉਤਸ਼ਾਹ ਹੈ ਜੀ ਅੱਜ? ਹਾਂਜੀ ਭਾਅ ਜੀ, ਪੂਰਾ ਉਤਸ਼ਾਹ ਹੈ ਜੀ, ਠੀਕ ਹੈ ਜੀ। ਹਾਂਜੀ ਬਸਾਂ ਸਹੀ। ਹਾਂਜੀ ਭਾਅ ਜੀ, ਨਹੀਂ ਨਹੀਂ ਕੁਛ ਨਹੀਂ, ਤੁਸੀਂ ਆਪਣਾ ਵਾਰਡ ਨਾਮ ਕੀ? ਕਿੰਨਾ ਕੁ ਉਤਸ਼ਾਹ ਹੈ ਅੱਜ ਵੋਟਾਂ ਨੂੰ ਲੈ ਕੇ ਤੁਹਾਡੇ ਅੰਦਰ? ਬਹੁਤ ਜ਼ਿਆਦਾ, ਤਾਂ ਹੀ ਸਵੇਰੇ 8 ਵਜੇ ਤੇ ਆ ਗਏ। ਕੀ ਬਾਤ ਹੈ, ਠੀਕ, ਪੂਰੇ 8 ਵਜੇ ਵੋਟਰ ਜਿਹੜੇ ਨੇ ਪਹੁੰਚ ਗਏ ਨੇ ਔਰ ਪੂਰਾ ਉਤਸ਼ਾਹ ਹੈ ਇਹਨਾਂ ਦੇ ਅੰਦਰ ਕਾਰਪੋਰੇਸ਼ਨ ਇਲੈਕਸ਼ਨ ਨੂੰ ਲੈ ਕੇ ਜੋ ਕਿ ਪਹਿਲੀ ਇਲੈਕਸ਼ਨ ਬਟਾਲੇ ਦੇ ਅੰਦਰ ਹੋ ਰਹੀ ਹੈ। ਸੋ ਇਸੇ ਹੀ ਤਰ੍ਹਾਂ ਤੁਹਾਨੂੰ ਪੂਰੇ ਦਿਨ ਦੀ ਕਵਰੇਜ ਦਿਖਾਵਾਂਗੇ ਵੈਬਰੋ ਨਿਊਜ਼ ਤੋਂ। ਅਸੀਂ ਉੱਥੇ ਪਹੁੰਚੇ ਹਾਂ ਜਿੱਥੇ 46 ਨੰਬਰ ਵਾਰਡ ਅਤੇ 48 ਨੰਬਰ ਵਾਰਡ ਦੇ ਬੂਥ ਲੱਗੇ ਹੋਏ ਹਨ ਵੋਟਿੰਗ ਵਾਸਤੇ ਅਤੇ ਉੱਥੇ ਹੈਲਥ ਡਿਪਾਰਟਮੈਂਟ ਵੱਲੋਂ ਲਗਾਤਾਰ ਸਕਰੀਨਿੰਗ, ਫੀਵਰ ਸਕਰੀਨਿੰਗ ਦੇ ਟੈਸਟ ਕੀਤੇ ਜਾ ਰਹੇ ਨੇ। ਲੋਕਾਂ ਦੀ ਸਿਹਤ ਨੂੰ ਲੈ ਕੇ ਪੂਰਾ ਸੁਚੱਜਾ ਖਿਆਲ ਰੱਖਿਆ ਜਾ ਰਿਹਾ ਆ। ਲੋਕ ਇੱਥੋਂ ਪਹਿਲਾਂ ਆਪਣਾ ਫੀਵਰ ਸਕਰੀਨਿੰਗ ਤੇ ਚੈੱਕ ਕਰਵਾਉਂਦੇ ਨੇ ਅਤੇ ਫਿਰ ਅੱਗੇ ਜਾਂਦੇ ਨੇ। ਕਿੰਨੇ ਕੁ ਲੋਕ ਲਗਭਗ ਤੁਸੀਂ ਅਜੇ ਤੱਕ ਕਰ ਚੁੱਕੇ ਹੋ ਜੀ ਸਕਰੀਨਿੰਗ ਕਰ ਚੁੱਕੇ ਹੋ ਕਿੰਨੇ ਕੁ ਲੋਕਾਂ ਦੀ? ਸਾਡੇ ਕੋਲ ਤਕਰੀਬਨ ਜਿੰਨੇ ਵੀ ਵੋਟਰ ਆ ਰਹੇ ਆ, ਹਰ ਵੋਟਰ ਦੀ ਅਸੀਂ ਸਕਰੀਨਿੰਗ ਕਰਕੇ ਅੱਗੇ ਭੇਜ ਰਹੇ ਹਾਂ। ਠੀਕ ਹੈ, ਕੋਈ ਵੀ ਵੋਟਰ ਸਕਰੀਨਿੰਗ ਤੋਂ ਬਿਨਾਂ ਨਹੀਂ ਜਾ ਰਹੇ। ਓਕੇ ਜੀ, ਹਾਂਜੀ, ਤਕਰੀਬਨ ਕਾਫੀ ਹੋ ਚੁੱਕੇ ਆ। ਤੁਹਾਡੇ ਹਿਸਾਬ ਨਾਲ ਕਿੰਨੇ ਕੁ ਵੋਟਰ ਇੱਥੋਂ ਜਾ ਚੁੱਕੇ ਨੇ ਵੋਟਿੰਗ ਦੇ ਕੇ? ਸਾਡੇ ਹਿਸਾਬ ਨਾਲ ਘੱਟ ਤੋਂ ਘੱਟ 1000 ਦੇ ਲਾਗੇ ਤੇ ਪੋਲਿੰਗ ਹੋ ਚੁੱਕੀ ਹੋਣੀ। ਚਾਰ ਬੂਥ ਹੈ ਨਾ ਇੱਥੇ? ਠੀਕ ਹੈ ਜੀ, ਠੀਕ ਹੈ। ਹਾਂ, ਚਾਰ। ਕੈਂਡੀਡੇਟ ਆਕਾਸ਼ ਜੀ ਮਰਵਾ ਜੀ। ਹਾਂਜੀ ਆਕਾਸ਼ ਮਰਵਾ ਜੀ, ਕਿਵੇਂ ਚੱਲ ਰਿਹਾ? ਬਹੁਤ ਹੀ ਵਧੀਆ ਚੱਲ ਰਿਹਾ ਜੀ। ਕਿਸੇ ਟਾਈਪ ਦੀ ਕੋਈ ਪਰੇਸ਼ਾਨੀ? ਨਹੀਂ, ਕੋਈ ਪਰੇਸ਼ਾਨੀ ਨਹੀਂ ਪ੍ਰਸ਼ਾਸਨ ਵੱਲੋਂ, ਸਾਰਿਆਂ ਦਾ ਥੈਂਕਫੁਲ, ਬਹੁਤ ਹੀ ਵਧੀਆ ਚੱਲ ਰਿਹਾ ਇੱਥੇ ਪ੍ਰਸ਼ਾਸਨ ਵੱਲੋਂ। ਉਸ ਤਰ੍ਹਾਂ ਕੋਈ ਮੌਕੇ 'ਤੇ ਸਭ ਠੀਕ ਹੈ? ਆਲ ਵੈਲ, ਆਲ ਇਜ਼ ਵੈਲ, ਬਿਲਕੁਲ ਠੀਕ ਚੱਲ ਰਿਹਾ। ਐਮਐਲਏ ਅਸ਼ਵਨੀ ਸੇਖੜੀ ਜੀ, ਹਾਂਜੀ ਸੇਖੜੀ ਸਾਹਿਬ, ਕਿਵੇਂ ਚੱਲ ਰਿਹਾ? ਓਕੇ ਹੈ, ਠੀਕ ਹੈ, ਬਹੁਤ ਅੱਛਾ ਚੱਲ ਰਿਹਾ ਜੀ। ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਇੱਥੇ ਪ੍ਰਸ਼ਾਸਨ ਵੱਲੋਂ ਜਾਂ ਕੋਈ ਵੀ? ਨਹੀਂ, ਫਿਲਹਾਲ ਤਾਂ ਐਵਰੀਥਿੰਗ ਇਜ਼ ਓਕੇ, ਬਿਲਕੁਲ ਠੀਕ ਹੈ। ਬਹੁਤ ਵਧੀਆ, ਬਹੁਤ ਵਧੀਆ ਹੋ ਰਹੀ ਬੋਲਿੰਗ, ਪਛਾਣ ਹੋ ਰਹੀ ਹੈ। ਬਹੁਤ ਵਧੀਆ ਜੀ, ਬਹੁਤ ਵਧੀਆ। ਤੁਹਾਨੂੰ ਕੀ ਲੱਗਦਾ ਹੈ ਕਿ ਵੋਟਿੰਗ ਵੱਲ ਵੇਖ ਕੇ, ਰੁਝਾਨ ਵੇਖ ਕੇ ਆਉਣ ਵਾਲਾ ਟਾਈਮ ਕਿੱਦਾਂ ਦਾ ਲੱਗ ਰਿਹਾ? ਆਉਣ ਵਾਲਾ ਟਾਈਮ ਚੰਗਾ ਜੀ, ਪਹਿਲਾਂ ਵੀ ਬਹੁਤ ਸੋਹਣਾ ਚੰਗਾ ਕੱਢਿਆ ਅਤੇ ਹੁਣ ਵੀ ਚੰਗਾ ਜੀ, ਬਹੁਤ ਵਧੀਆ ਆਏਗਾ। ਕਿੰਨੇ ਪਰਸੈਂਟ ਹੋ ਚੁੱਕੀ ਹੈ? 25% ਹੋ ਗਈ, 25%। ਸੋ ਜੀ 25% ਵੋਟਿੰਗ ਹੋ ਚੁੱਕੀ। ਸਾਡੀ ਟੀਮ ਵੱਲੋਂ ਸਵੇਰੇ 7 ਵਜੇ ਤੋਂ ਹੀ, ਸਵੇਰੇ ਸੁਖਤੇ ਤੋਂ ਹੀ ਪੂਰੇ ਬਟਾਲੇ ਕਾਰਪੋਰੇਸ਼ਨ ਇਲੈਕਸ਼ਨ ਦੀ ਜੋ ਹੋ ਰਹੀ ਹੈ ਚੋਣ, ਉਹਦਾ ਦੌਰਾ ਕੀਤਾ ਗਿਆ ਅਤੇ ਸਾਡੀ ਟੀਮ ਵੱਲੋਂ ਵੱਖ ਵੱਖ ਬੂਥਾਂ ਦਾ ਦੌਰਾ ਕੀਤਾ ਗਿਆ ਅਤੇ ਲਗਭਗ 11 ਵੱਜ ਚੁੱਕੇ ਹਨ। ਅਤੇ ਤੁਹਾਨੂੰ ਦੱਸ ਦਈਏ ਕਿ ਜੋ ਸਾਡੀ ਟੀਮ ਕੋਲ ਰਿਪੋਰਟ ਆਈ ਆ ਉਹਦੇ ਮੁਤਾਬਕ 23 ਤੋਂ 25% ਵੋਟਿੰਗ ਹੋ ਚੁੱਕੀ ਹੈ ਅਤੇ ਪ੍ਰਸ਼ਾਸਨ ਵੱਲੋਂ ਵੀ ਸਖਤਾਈ ਪੂਰੀ ਕੀਤੀ ਗਈ ਹੈ ਅਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਨਜ਼ਰ ਆ ਰਿਹਾ ਹੈ। ਅਸੀਂ ਪਹੁੰਚ ਚੁੱਕੇ ਹਾਂ ਪੋਲੀਟੈਕਨੀਕਲ ਕਾਲਜ ਬੂਥ ਨੰਬਰ 18 ਅਤੇ 19 ਔਰ ਆਓ ਤੁਹਾਨੂੰ ਇੱਥੋਂ ਦੀ ਸਾਰੀ ਇਨਫੋਰਮੇਸ਼ਨ ਦੇ ਬਾਰੇ ਰੂਬਰੂ ਕਰਾਉਂਦੇ ਹਾਂ। ਪੋਲੀਟੈਕਨੀਕਲ ਕਾਲਜ ਕਾਨਮਨ ਰੋਡ ਦੇ ਉੱਤੇ ਜੋ ਕਿ ਬੂਥ ਦੇ ਉੱਤੇ ਕੁਛ ਗਰਮਾ ਗਰਮਾਈ ਵੇਖਣ ਨੂੰ ਮਿਲ ਰਹੀ ਹੈ।
पोल किन्नी वोट हो चुकी है? ठीक है जी, मेरा नाम विवेक महाजन और बूथ नंबर 81 है और हूँ तक नियर अबाउट 46% वोटिंग जड़ी हुई है। टोटल इस बूथ की वोट 1146 है, जिदे विचों तकरीबन 500 वोट जड़िया ने हूँ तक पोल हुई। 40 तो आम आदमी पार्टी के उम्मीदवार दिनेश खोसला जी को आओ जानते हैं कि समस्या है जी। गल है सर, ये इलेक्शन नहीं हो रहा, यह बूथ कैप्चरिंग हो रही है। दोनों पार्टियां जड़ियां ने वो इस तरह धक्केशाही कर रही हैं कि आम आदमी पार्टी जिहड़ा अगला के भविख लोग देख रहे अपना उन्हां च, उन्हां नूं इह किस तरीके दबा लीए। साडा बूथ है 40 नंबर वार्ड च, मैं RO साहब नूं एप्लीकेशन दित्ती कि इत्थे लड़ाई का खतरा है, इत्थे जिहड़ी है मोबाइल की तुहाडी CCTV फुटेज लाई जाए, इहनूं सुपर सेंसिटिव वार्ड बनाया जाए, पर कोई उन्हां वल्लों ध्यान नहीं दिता गया। मैं बेनती करना कि इहदी इलैक्शन दोबारा कराई जाए, पूरी फेयर कराई जाए, ता जो कि निष्पक्ष रिजल्ट आ सके। इन पूरी वोटिंग बोकस हो रही है, जैली वोटिंग पै रही है। सवेरे 7:30 मैं कंप्लेंट की है, इतने लड़ाई हुई है BJP पार्टी तो कांग्रेस पार्टी के बीच। साढ़े वोटर अंदर जान ही नहीं दिता जा रहा, उन्होंने बारह धक्के मार के भजाया जा रहा है कि तुम इतने नहीं आना। यह इलैक्शन नहीं हो रहा है, बूथ कैप्चरिंग हो रही है। प्रशासन सुता है, पुलिस इतने डरा के धमका के वोटर भजा रही है बस, जबकि पुलिस का रोल है कि वोटर नूं उत्साह देवे कि आओ वोट पाओ, पर इत्थे सिर्फ कैप्चरिंग हो रही है, कुछ नहीं हो रहा। ये आम आदमी पार्टी इस चीज़ ने बायकॉट कर दी है कि इलेक्शन बहुत गलत हो रहे हैं। सो भाजी तुहाडा बूथ है जिहड़ा इन्हां नहीं लगन दिता? सर बूथ लगन ही नहीं दे रहे दोवें पार्टियां वाले, अंदर बहन नहीं दे रहे पोलिंग एजेंट, धक्केशाही हो रही पूरी पूरी। इत्थे सवेरे 7:30 तो लैके 4 इत्थे लड़ाई कर ली इन्होंने, दोनों पार्टियां ने गुंडे सदे ने, बहुत माड़े हालात चल रहे थे इस पार्टी। जिथे कि खबर साढ़े को सवेरे खबर आई सी तकरीबन 9:30 कि कुछ माहौल जोड़ा है वह तनावपूर्वक बनया सीगा, लेकिन प्रशासन वालों किते भी ढिल नहीं वरती जा रही, पूरा ही सख्ताई दे नाल पेश आया जा रहा है और प्रशासन जोड़ा है वह पूरा अपना काम जो है पूरा ईमानदारी दे नाल कर रहा है और इसे दी वजह दे नाल जड़ा पूरा सिस्टम नू कंट्रोल किया हुआ है। अंबिका खन्ना जी हैगे ने, हाँ जी अंबिका जी कीवें चल रहे हैं? बहुत अच्छा, वेरी गुड, वेरी पीसफुल एंड वेरी नाइस। किसी तरह की प्रशासन वालों कोई परेशानी आ रही हो? नहीं नहीं, किसी वालों कोई परेशानी नहीं, बड़ा पढ़िया लिखिया माहौल है इतने, एजुकेटेड माहौल है, बड़े आराम नाल सारे काम कर रहे, किसी नू कोई परेशानी नहीं, ना असीं क्रिएट कर रहे ना कोई होर क्रिएट कर रहे। हाँ जी अपने कैंडिडेट से दौरे भाई साहब, हाँ जी दौरे भाई जी किस तरह चल रहे हैं? बहुत वधिया पोलिंग हो रही है, माहौल भी बहुत वधिया, सारे अपने वोटर पढ़े लिखे है, तो इतने कोई ठीक है, बिल्कुल ठीक है। यानी किस तरह की कोई परेशानी नहीं है? सानू कोई परेशानी नहीं है, वधिया सारे कैंडिडेट बहुत वधिया, कोई परेशानी नहीं है। असीं पहुँच चुके हैं जी उमरपुरा के वार्ड नंबर 22, सो तुसीं देख रहे हो कि लोगों के विच भारी उत्साह जो है अज इलैक्शन नूं लै के हैगा है, और सवेरे तो 8 तो लै के अज तकरीबन दोपहर के 2 चुके हैं और लोग अजे भी वोट पाउण लई जों दे तों खड़े हैं। हाँ जी मैं BJP तो कंचन वाला कत्तीवाड़ तो खड़ी हाँ, बहुत सारिया नकली वोटा पै रही वा मेरे सामने, जो मैं ऑब्जेक्शन करनी हाँ तो कहनी हाँ शो योर आई कार्ड जा आइडेंटी कार्ड कोई वोटर प्रूफ, तो वह पर्चियां अंदर ही पाड़ दी गई, वह कितना जिन्होंने मैं परसनली जाननी हाँ कि इस वार्ड के और लोग नहीं है, ये बटाला के निवासी नहीं है, जो मैं ऑब्जेक्शन करनी हाँ वह बंदे पर्ची पाड़ के तो बाहर चले जाते हैं।
मैं सवेर का कहना भाई जो फोर्स बताओ गुंडागर्दी करते गजल लिए वोटा पाते पे तो प्री पाल कांग्रेस लीडर करते सारा प्लान है अला तुम सारे तमाशा पे ठीक है सिविलियन सट्टा लगी इंसीडेंट क्यों होया की ओदे पिछे कारण सीगा ते दूसरी जड़ी गल हैगी है बूथ कैप्चरिंग वाली इहो जी कोई गल नहीं है मैं आप अंदर पर्सनली जाके विजिट कीते हैगे ने सारे पोलिंग बूथ बहुत ही पीसफुली वोटिंग हो रही है सारे वोटर्स उत्थे लाइना विच खड़े होकर अपनी वोट पा रहे हैं मैं बाकी लोगों नूं भी ये अपील करूँगी कि जिन्हें भी अपनी वोट पानी है काइंडली प्लीज़ आके पाओ पीसफुल हैगा जी सारा माहौल इहो जी कोई गल नहीं मैम लगातार जो बीजेपी का आरोप है कि सुरेश भाटिया जिन्हों के बारे तुम कह रहे हो कि सामने की उन्होंने भी आरोप है कि अंदर बूथ कैप्चर किया गया या बाहर उन्होंने जो पोलिंग बूथ नहीं देखिए जी अंदर कोई बूथ कैप्चरिंग वाली कोई गल नहीं है मैं आप अंदरों सारा विजिट किया जिदा मैं पहला भी किया है मैं सारा पीसफुली अंदर पोलिंग काफ़ी रश पिया होया है तो स्कूल के बाहर तो असं जरा भारी बल के नाल उत्ते आए हैं तो सारे कीना का इतों जी भीड़ सी उन्होंने हटाया तो असं सारे ये अपील भी कर रहे हैं कि कीना का पीसफुल जी इलैक्शन जी है कंप्लीशन की जाए ठीका सुपरवाइजरी ऑफिसर साड़ी सारे की ड्यूटी है असं अपनी ड्यूटी भुगतान आए हैं इलैक्शन साड़ी ड्यूटी है तो इतने भीड़ इकट्ठी हो गई ऑबियस है कि जो इलैक्शन की सरगर्मी के सारिया पार्टियां के अपन लोकतंत्र हैं लोग सरगर्म ने थोड़ी गर्मा गर्मी का माहौल भी बन जाता है तो ये वास्ते असी की ना कोई किसी किस्म का कोई अमन अमान को खतरा ना पहुँचे असी जरा पहुंचे 14 तरीक दिन एतवार कारपोरेशन इलेक्शन का दिन सी और अज पूरा दिन जरा वोटर भारी उत्साह रहा कई कई बूथों के अंदर झगड़ा भी हो जाली वोटा भी पवाई गई रिपोर्ट आई है वो मुताबक 70% वोटिंग दर्ज की गई ये पिछे प्रशासन सरकार जी जिम्मेदार है जिन्हें भी कैंडीडेट आज उन्होंने किस्मत का फैसला आज किया जाएगा और ईवीएम मशीन के अंदर उन्होंने किस्मत बंद की जाएगी।